ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਜ਼ਰੂਰ ਜਿਹੜੀ ਡਿਮਾਂਡ ਹੈ ਉਹ ਆਡੀਅੰਸ ਵਿੱਚੋਂ ਆਈ ਸੀ ਵੀ ਜਰਾਇਮ ਪੇਸ਼ਾ ਕੌਮ ਨੂੰ ਥੋੜ੍ਹਾ ਜਿਹਾ ਹੋਰ ਵਿਸਥਾਰ ਦੇ ਨਾਲ ਜ਼ਰੂਰ ਦੱਸਿਆ ਜਾਵੇ ਐਕਚੁਅਲੀ ਹੈ ਕੀ ਹੈ। ਜਰਾਇਮ ਵਰਡ ਜਿਹੜਾ ਉਹ ਜੁਰਮ ਤੋਂ ਡਰਾਈਵ ਹੋਇਆ। ਜੁਰਮ ਪੇਸ਼ਾ ਕੌਮ ਵੀ ਜੁਰਮ ਕਰਨ ਦੀ ਟੈਂਡੈਂਸੀ ਰੱਖਣ ਵਾਲੀ ਕੌਮ, ਯਾਨੀ ਕਿ ਕ੍ਰਿਮੀਨਲ ਕਹਿ ਲਈਏ ਜੇ ਅਸੀਂ, ਟੈਂਡੈਂਸੀਜ ਰੱਖਣ ਵਾਲੀ ਕੌਮ ਦਾ ਜਿਹੜਾ ਸਰਕੂਲਰ, ਜਿਹੜੀ ਕਿ ਗੱਲ ਅੱਜ ਤੱਕ ਸਿੱਖਾਂ ਦੇ ਮਾਇੰਡ 'ਚ ਰਹਿ ਗਈ ਵੀ ਐਕਚੁਅਲੀ ਇਹ ਸਾਨੂੰ ਵੇਖਦੇ ਕਿਸ ਤਰ੍ਹਾਂ ਨੇ, ਹਿੰਦੁਸਤਾਨ ਕਿਸ ਅਕਸ ਦੇ ਵਿੱਚ ਸਿੱਖਾਂ ਨੂੰ ਵੇਖਦਾ, ਇਹ ਦੇਖਣਾ ਬਹੁਤ ਜ਼ਰੂਰੀ ਹੈ। ਮੈਂ ਤਾਂ ਇੱਕੋ ਹੀ ਗੱਲ ਕਹਾਂਗਾ ਕਿਉਂਕਿ ਆਪਾਂ ਹੁਣ ਅਗਲੇ ਪ੍ਰੋਗਰਾਮ ਵੱਲ ਵਧਣਾ। ਜ਼ਰੂਰ ਇਹ ਸਾਨੂੰ ਸੋਚਣ ਦੀ ਲੋੜ ਹੈ ਕਿ ਜਿਹੜੇ ਸਰਦਾਰ ਕਪੂਰ ਸਿੰਘ ਵਰਗੇ ਲੋਕ ਸਨ ਉਹ ਇੱਕ IAS ਅਫਸਰ ਸਨ, ਇੱਕ ਸ਼ਾਨੋ ਸ਼ੌਕਤ ਦੀ ਜ਼ਿੰਦਗੀ ਜੀਂਦੇ ਸਨ। ਜੇ ਉਹ ਚਾਹੁੰਦੇ ਤਾਂ ਆਪਣਾ ਜ਼ਮੀਰ ਮਾਰ ਕੇ, ਆਪਣੇ ਜ਼ਮੀਰ ਦੇ ਨਾਲ ਕੰਪਰੋਮਾਈਜ਼ ਕਰਕੇ ਇਹ ਚਾਹੁੰਦੇ ਤਾਂ ਸ਼ਾਇਦ ਇਹ ਵੀ ਕਿਤੇ ਕੈਬਨਿਟ ਦੀ ਸੈਂਟਰ ਦੇ ਵਿੱਚ ਕੋਈ ਵੱਡੇ ਮੰਤਰੀ ਹੋ ਸਕਦੇ ਸਨ, ਜਾਂ ਹੋ ਸਕਦਾ ਹੈ ਸ਼ਾਇਦ ਪ੍ਰੈਜ਼ੀਡੈਂਟ ਆਫ ਇੰਡੀਆ ਵੀ ਬਣ ਸਕਦੇ ਸਨ। ਪਰ ਉਹਨਾਂ ਨੇ ਇਹ ਜਿਹੜਾ ਆਪਣਾ ਜ਼ਮੀਰ ਦੀ ਆਵਾਜ਼ ਸੁਣੀ ਔਰ ਸਾਰਾ ਕੁਝ ਤਿਆਗ ਕੇ ਅਤੇ ਉਹਨਾਂ ਨੇ ਕਿਹਾ ਵੀ ਨਹੀਂ, ਮੈਂ ਇਸ ਚੀਜ਼ ਨੂੰ ਐਕਸੈਪਟ ਨਹੀਂ ਕਰਾਂਗਾ ਜੋ ਧੱਕਾ ਸਾਡੇ ਨਾਲ ਹੋ ਰਿਹਾ, ਜੋ ਮੈਨੂੰ ਦਿਸ ਰਿਹਾ ਐਜ਼ ਅ ਅਫਸਰ ਹਿੰਦੁਸਤਾਨ ਦੇ ਵਿੱਚ, ਮੈਂ ਇਹਨੂੰ ਬਾਹਰ ਲਿਆਵਾਂਗਾ, ਐਕਸਪਲਿਸਿਟ ਕਰਾਂਗਾ। ਸੋ ਇੱਕ ਸ਼ੇਰ ਬਹੁਤ ਮਸ਼ਹੂਰ ਹੈ, ਮੈਂ ਤਾਂ ਇਹੀ ਕਹਾਂਗਾ ਵੀ ਕੁਝ ਤਾਂ ਰਾਹਾਂ ਉਂਝ ਵੀ ਔਖੀਆਂ ਸਨ, ਕੁਛ ਗੱਲ ਵਿੱਚ ਗਮਾਂ ਦਾ ਤੌਕ ਵੀ ਸੀ, ਕੁਛ ਸ਼ਹਿਰ ਦੇ ਲੋਕ ਵੀ ਜ਼ਾਲਮ ਸਨ, ਕੁਛ ਸਾਨੂੰ ਮਰਨ ਦਾ ਸ਼ੌਂਕ ਵੀ ਸੀ। ਸੋ ਇਹੋ ਜਿਹੀ ਸ਼ਖਸੀਅਤ ਦੇ ਮਾਲਕ ਸਰਦਾਰ ਕਪੂਰ ਸਿੰਘ। ਸੋ ਆਪਾਂ ਅੱਗੇ ਵੱਧਦੇ ਹਾਂ, ਹੁਣ ਆਪਣੀ ਜਿਹੜੀ ਆਪਣੀ ਕਾਰਵਾਈ ਨੂੰ ਅੱਗੇ ਵਧਾਉਂਦੇ ਹਰਪਾਲ ਸਿੰਘ ਚੀਮਾ ਜੀ, ਜੋ ਕਿ ਪ੍ਰਧਾਨ ਦਲ ਖਾਲਸਾ ਸਾਡੇ ਵਿੱਚ ਮੌਜੂਦ ਨੇ, ਅੱਜ ਦੇ ਮੁੱਖ ਮਹਿਮਾਨ ਨੇ। ਸੋ ਉਹਨਾਂ ਨੂੰ ਕਹਾਂਗੇ ਵੀ ਕੁਝ ਸ਼ਬਦ ਆਪਣੇ ਵਿਚਾਰ ਸਾਂਝੇ ਕਰਨ। ਅਤੇ ਹਰਪਾਲ ਸਿੰਘ ਚੀਮਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਕਪੂਰ ਸਿੰਘ ਹੋਣਾ ਦੀ ਯਾਦ ਦੇ ਵਿੱਚ 71 ਸਮੁੱਚੀ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਬੋਲਣ ਵਾਲੇ ਸਾਰੇ ਵੀਰਾਂ ਨੇ ਉਹਨਾਂ ਦੀਆਂ ਜਿਹੜੀਆਂ ਜ਼ਿੰਦਗੀ ਦੀਆਂ ਪ੍ਰਾਪਤੀਆਂ ਨੇ, ਚਾਹੇ ਉਹ ਅਕੈਡਮਿਕ ਰੂਪ ਦੇ ਵਿੱਚ ਹੋਣ, ਚਾਹੇ ਉਹ ਇੱਕ ਪੋਲੀਟੀਸ਼ੀਅਨ ਦੇ ਰੂਪ ਦੇ ਵਿੱਚ ਹੋਣ, ਇੱਕ ਫਿਲੋਸਫਰ ਦੇ ਰੂਪ ਵਿੱਚ ਹੋਣ, ਇੱਕ ਲੇਖਕ ਦੇ ਰੂਪ ਦੇ ਵਿੱਚ ਹੋਣ, ਔਰ ਇੱਕ ਪੋਲੀਟੀਸ਼ੀਅਨ ਦੇ ਰੂਪ ਵਿੱਚ ਹੋਣ, ਉਹ ਆਪ ਸਾਰਿਆਂ ਦੇ ਨਾਲ ਸਾਂਝੀਆਂ ਕੀਤੀਆਂ ਨੇ। ਦੁਬਾਰਾ ਉਹ ਸਾਰੀਆਂ ਗੱਲਾਂ ਨੂੰ ਦੁਹਰਾਉਣਾ ਮੈਂ ਸਮਾਂ ਖਰਾਬ ਕਰਨਾ ਸਮਝਦਾ, ਆਪ ਸਾਰਿਆਂ ਨਾਲ ਉਹ ਸਾਂਝੀਆਂ ਕਰ ਚੁੱਕੇ ਆ। ਇੱਕ ਗੱਲ ਜਿਹੜੀ ਮੈਂ ਮਹਿਸੂਸ ਕਰਦਾ ਸਰਦਾਰ ਕਪੂਰ ਸਿੰਘ ਹੋਣਾ ਦੇ ਪੜ੍ਹਨ ਤੋਂ, ਇੱਦਾਂ ਲੱਗਦਾ ਕਿ ਜਦੋਂ ਉਹਨਾਂ ਨੇ ਆਪਣੀ ਜ਼ਿੰਦਗੀ ਸ਼ੁਰੂ ਕੀਤੀ ਹੈ ਨਾ, ਇੱਕ ਬਿਊਰੋਕਰੇਟਸ ਦੇ ਰੂਪ ਵਿੱਚ, ਇੱਕ ICS ਅਫਸਰ ਕੈਂਬਰਿਜ ਯੂਨੀਵਰਸਿਟੀ ਦੇ ਪੜ੍ਹਨ ਤੋਂ ਬਾਅਦ ਆਣ ਕੇ, ਉਦੋਂ ਉਹਨਾਂ ਨੇ ਜਿਹੜਾ ਹਿੰਦੁਸਤਾਨ ਦੇ ਜੋ ਨੀਤੀ ਘਾੜੇ ਸੀਗੇ, ਜੋ ਹਿੰਦੁਸਤਾਨ ਦੇ ਲੀਡਰ ਸੀ, ਲੀਡਰਸ਼ਿਪ ਸੀ ਉਸ ਸਮੇਂ ਦੀ, ਉਹਦਾ ਜੋ ਸਿੱਖ ਕੌਮ ਦੇ ਪ੍ਰਤੀ ਨਜ਼ਰੀਆ ਸੀਗਾ ਉਹ ਉਹਨਾਂ ਨੂੰ ਦੇਖਣ ਨੂੰ ਮਿਲਿਆ। ਕਿਉਂਕਿ ਇੱਕ ICS ਅਫਸਰ ਸੀਗੇ, ਇੱਕ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸੀਗੇ, ਜਿੰਨੇ ਵੀ ਕੋਈ ਸਰਕੂਲਰ, ਜਿੰਨੇ ਵੀ ਆਰਡਰ ਆ ਸਰਕਾਰ ਤੋਂ, ਸੈਂਟਰ ਸਰਕਾਰ ਤੋਂ, ਸਟੇਟ ਤੋਂ, ਉਹ ਸਾਰੇ ਉਹਨਾਂ ਨੂੰ ਦੇ ਕੋਲ ਆਉਂਦੇ ਸੀ, ਉਹਨਾਂ ਨੂੰ ਪੜ੍ਹਨ ਦਾ ਮੌਕਾ ਮਿਲਦਾ ਸੀਗਾ। ਦਰਾਈ ਪਾਤਸ਼ਾਹ ਵਾਲੀ ਗੱਲ ਆਪ ਸਾਰਿਆਂ ਨੇ ਕੀਤੀ ਹੈ, ਉਹਦੇ ਨਾਲ ਨਾਲ ਉਹਨਾਂ ਦੀ ਬਰਖਾਸਤਗੀ ਹੈ ਜਿਹੜੀ, ਜਿਸ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ ਕਰਪਸ਼ਨ ਦੇ ਚਾਰਜਸ ਲਾ ਕੇ ਉਹਨਾਂ ਨੂੰ ਨੌਕਰੀ ਤੋਂ ਉਹਨਾਂ ਦੀ ਬਰਖਾਸਤਗੀ ਕੀਤੀ ਗਈ ਹੈ,
ਔਰ ਉਸ ਲੜਾਈ ਦੇ ਵਿੱਚ ਡਾਕਟਰ ਵਿਰਕ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਉਹ ਲੜਾਈ ਹੈ ਜਿਹੜੀ ਉਹ ਸੁਪਰੀਮ ਕੋਰਟ ਤੱਕ ਲੜੀ ਆ ਔਰ ਈਵਨ ਨਹਿਰੂ ਨੂੰ ਵੀ ਉਹ ਕਈ ਵਾਰ ਮਿਲੇ ਨੇ। ਉਸ ਲੜਾਈ ਦੇ ਵਿੱਚ ਜੋ ਉਹਨਾਂ ਨੂੰ ਹਿੰਦੁਸਤਾਨ ਦੀ ਸਰਕਾਰ, ਉੱਥੋਂ ਦੀ ਬਿਊਰੋਕਰੇਸੀ, ਉੱਥੋਂ ਦੇ ਪੋਲੀਟੀਸ਼ੀਅਨਸ ਦਾ ਜੋ ਨਜ਼ਰੀਆ ਇੱਕ ਇਨਸਾਨ ਦੇ ਲਈ ਦੇਖਣ ਨੂੰ ਮਿਲਿਆ, ਉਸ ਤੋਂ ਉਹਨਾਂ ਨੂੰ ਇਸ ਗੱਲ ਦਾ ਪੱਕਾ ਇਹ ਗੱਲ ਉਹਨਾਂ ਨੇ ਧਾਰਨਾ ਲੜ ਲਈ ਕਿ ਸਿੱਖ ਕੌਮ ਨੂੰ ਇੱਕ ਆਜ਼ਾਦ ਖਿੱਤਾ ਹੈ ਜਿਹੜਾ ਉਹ ਜ਼ਰੂਰੀ ਚਾਹੀਦਾ ਹੈ। ਆਨੰਦਪੁਰ ਦੇ ਮਤੇ ਦੀ ਗੱਲ ਭਾਈ ਸਾਹਿਬ ਨੇ ਕੀਤੀ ਹੈ, ਮੈਨੂੰ ਲੱਗਦਾ ਹੈ ਕਿ ਜੋ ਸਰਕਮਸਟਾਂਸਿਸ 1947 ਤੋਂ ਬਾਅਦ ਕੌਮ ਨੇ ਭੋਗੇ, ਉਸ ਤੋਂ ਸਰਦਾਰ ਕਰਪੂਰ ਸਿੰਘ ਹੋਣੀ ਬਹੁਤ ਚੰਗੀ ਤਰ੍ਹਾਂ ਭਲੀ ਭਾਤ ਕੌਮ ਦੀ ਜਿਹੜੀ ਹਾਲਾਤ ਹੈ ਉਹ ਜਾਣਦੇ ਸੀਗੇ। ਉਹਨਾਂ ਨੇ ਸੋਚਿਆ ਕਿ ਜੋ ਵਾਅਦਾ ਹਿੰਦੁਸਤਾਨ ਦੇ ਲੀਡਰਾਂ ਨੇ 1947 ਤੋਂ ਪਹਿਲਾਂ ਕੀਤਾ ਹੈ, ਕਿਉਂ ਉਹਨਾਂ ਉਸ ਵਾਅਦੇ ਦੇ ਆਧਾਰ ਦੇ ਉੱਤੇ ਕੋਈ ਇੱਦਾਂ ਦਾ ਡਾਕੂਮੈਂਟ ਹੈ ਜਿਹੜਾ ਉਹ ਲਿਖਿਆ ਜਾਵੇ ਤਾਂ ਕਿ ਉਹਦੀ ਜਿਹੜਾ ਕੌਮ ਦੇ ਵਿੱਚ ਜਾਂ ਉਦੋਂ ਰਹਿਣ ਵਾਲੀਆਂ ਬਾਕੀ ਸਟੇਟਾਂ ਰਿਆਸਤਾਂ ਉਹਨਾਂ ਦੇ ਵਿੱਚ ਉਹਨਾਂ ਦੀ ਮਨੌਤ ਹੋਵੇ। ਤਾਂ ਹੀ ਉਹਨਾਂ ਨੇ ਉਹਦੇ ਵਿੱਚ ਜਿਹੜਾ ਵਿਦ ਇਨ ਦੀ ਸਟੇਟ ਪ੍ਰਭੂਸੱਤਾ ਦੀ ਮੰਗ ਕੀਤੀ ਹੈ ਕਿ ਸਾਨੂੰ ਇਸ ਸਟੇਟ ਦੇ ਵਿੱਚ ਹੀ ਇੱਕ ਇੱਦਾਂ ਦਾ ਖਿੱਤਾ ਚਾਹੀਦਾ ਜਿੱਥੇ ਆਜ਼ਾਦੀ ਦਾ ਨਿੱਘ ਮਾਣ ਸਕਣ। ਇਹ ਉਹਨਾਂ ਦਾ ਵਾਅਦਾ ਸੀ ਗਾਂਧੀ ਹੁਣਾਂ ਦਾ 1947 ਤੋਂ ਪਹਿਲਾਂ, ਪਰ ਉਹਨਾਂ ਨੂੰ ਇਸ ਗੱਲ ਦਾ ਪਤਾ ਸੀਗਾ ਕਿ ਇਹ ਮਿਲਣਾ ਨਹੀਂ ਹੈਗਾ। ਇੱਕ DC ਹੋਣ ਦੇ ਨਾਤੇ ਉਹਨਾਂ ਨੇ ਇੱਕ ਕਾਰ ਰੱਖੀ, ਉਹ ਉਸ ਸਮੇਂ ਦੇ ਉੱਤੇ ਜਿਹੜੀ ਅੰਗਰੇਜ਼ ਲੋਕ ਸੀਗੇ, ਅੰਗਰੇਜ਼ DC ਸੀਗੇ, ਉਹੀ ਕਾਰ ਖਰੀਦ ਸਕਦੇ ਸੀਗੇ। ਜਿਹੜਾ ਹੋਰ ਕੋਈ DC ਸੀ ਇੰਡੀਅਨ ਜਾਂ ਕੋਈ ਲੱਗਾ ਜਾਂਦਾ ਸੀਗਾ, ਉਹਨੂੰ ਕਾਰ ਗੌਰਮੈਂਟ ਤੋਂ ਪਰਮਿਸ਼ਨ ਲੈ ਕੇ ਕਾਰ ਖਰੀਦਣੀ ਪੈਂਦੀ ਸੀਗੀ ਅਤੇ ਗੌਰਮੈਂਟ ਤੋਂ ਪਰਮਿਟਡ ਕਰੋ ਵੀ ਮੈਂ ਆਪਣੀ ਕਾਰ ਖਰੀਦਣੀ ਚਾਹੁੰਦਾ ਹਾਂ ਅਤੇ ਮੈਨੂੰ ਪਰਮਿਸ਼ਨ ਦਿੱਤੀ ਜਾਵੇ। ਉਹਨਾਂ ਨੇ ਪਰਮਿਸ਼ਨ ਪਾਈ ਔਰ ਪਰਮਿਸ਼ਨ ਹੁਣ ਉਹ ਦੇਣੀ ਨਹੀਂ ਸੀ ਚਾਹੁੰਦੀ ਗੌਰਮੈਂਟ ਉਸ ਸਮੇਂ ਦੀ। ਔਰ ਉਹਨਾਂ ਜਦੋਂ ਉਹਨਾਂ ਨੇ ਦੇਖਿਆ ਕਿ ਇਹ ਜਿਹੜੇ ਦੂਜੇ ਗੋਰੇ ਆ ਇਹ ਕਾਰਾਂ ਲੈ ਕੇ ਤੁਰੇ ਫਿਰਦੇ ਆ, ਮੈਨੂੰ ਮੇਰੇ ਜਿੱਦਾਂ ਦੀ ਮੈਨੂੰ ਪਸੰਦ ਕਾਰ ਆ ਉਹ ਮੈਨੂੰ ਨਹੀਂ ਦਿੱਤੀ ਜਾਂਦੀ, ਅਤੇ ਉਹਨਾਂ ਨੇ ਉਹਦੀ ਉਸ ਸਰਕੂਲਰ ਨੂੰ ਵੀ ਬੜੀ ਵੱਡੀ ਪੱਧਰ 'ਤੇ ਫੜਾਇਆ ਔਰ ਉਸ ਗੱਲ ਨੂੰ ਉਹਨਾਂ ਨੇ ਲੈ ਕੇ ਚੰਦੂ ਲਾਲ ਤ੍ਰਿਵੇਦੀ ਨੂੰ ਨੋਟ ਵੀ ਲਿਖੇ। ਐਕਚੁਲੀ ਉਸ ਖਪਾ ਹੋ ਕੇ ਉਹਨਾਂ ਨੇ ਕਾਰ ਖਰੀਦ ਲਈ ਬਿਨਾਂ ਹੀ ਪਰਮਿਸ਼ਨ ਤੋਂ। ਜਦੋਂ ਉਹਨਾਂ ਨੇ ਕਾਰ ਖਰੀਦ ਲਈ ਪਰਮਿਸ਼ਨ ਤੋਂ ਬਿਨਾਂ, ਤਾਂ ਗਵਰਨਰ ਨੂੰ ਇਸ ਗੱਲ ਦਾ ਬੜਾ ਦੁੱਖ ਲੱਗਿਆ ਵੀ ਸਾਤੋਂ ਪਰਮਿਸ਼ਨ ਨਹੀਂ ਲਈ ਗਈ ਇਸ ਗੱਲ ਦੀ ਕਾਰ। ਉਹਨਾਂ ਨੂੰ ਇੱਦਾਂ ਲੱਗਿਆ ਕਿ ਇਹ ਬੜਾ ਆਕੜ ਖਾਣ ਬੰਦਾ, ਜਦੋਂ ਕਿ ਉਹ ਆਪਣਾ ਹੱਕ ਸਮਝਦੇ ਸੀਗੇ। ਇਸ ਲੜਾਈ ਨੇ ਹੀ ਉਹਨਾਂ ਦੀ ਸਾਰੀ ਲੜਾਈ 1969 ਦੇ MLA ਬਣਨ ਤੱਕ, ਉਹ ਚਾਹੇ ਉਹਨਾਂ ਦੀਆਂ ਵਿਧਾਨ ਸਭਾ ਦੀਆਂ ਸਪੀਚਿਸ ਨੇ, ਚਾਹੇ 1966 ਦੀ ਉਹਨਾਂ ਦੀ ਪਾਰਲੀਮੈਂਟ ਦੀ ਸਪੀਚ ਹੈ, ਉਹ ਸਾਰੀ ਹੋਈ ਉਸ ਸਪੀਚ ਹੈ ਜਿਹੜੀ ਉਹਦਾ ਆਧਾਰ ਇਹ ਹੈ ਕਿ ਹਿੰਦੁਸਤਾਨ ਦੀ ਲੀਡਰਸ਼ਿਪ ਸਿੱਖਾਂ ਦੇ ਪ੍ਰਤੀ ਕੀ ਸੋਚਦੀ ਹੈ ਔਰ ਸਿੱਖ ਹੈ ਜਿਹੜੇ ਉਹਨਾਂ ਨੂੰ ਆਜ਼ਾਦ ਖਿੱਤਾ ਹੈ ਜਿਹੜਾ ਉਹ ਚਾਹੀਦਾ ਹੈ। ਆਨੰਦਪੁਰ ਦਾ ਮਤਾ ਉਸ ਸਮੇਂ 'ਤੇ ਰੈਲੀਵੈਂਟ ਹੋ ਸਕਦਾ ਹੈ ਜਿਸ ਸਮੇਂ ਦੇ ਉੱਤੇ ਉਹਨਾਂ ਨੇ ਲਿਖਿਆ। ਨੋ ਮੈਟਰ ਕਿ 78 ਦੀ ਕਾਨਫਰੰਸ ਦੇ ਵਿੱਚ 73 ਵਾਲਾ ਮਤਾ ਪਾਸ ਕੀਤਾ ਗਿਆ ਕਿ 78 ਵਾਲਾ ਮਤਾ ਪਾਸ ਕੀਤਾ ਗਿਆ, ਸਮਾਂ ਬਹੁਤ ਅੱਗੇ ਬੀਤ ਗਿਆ, 20-25 ਸਾਲ ਦਾ ਸਮਾਂ ਹੋ ਗਿਆ ਹੁਣ ਉਸ ਮਤੇ ਨੂੰ, ਜਿਹੜੇ ਮਤੇ ਉਹਨੂੰ ਬੰਦੇ ਉਹਨੂੰ ਮਤੇ ਨੂੰ ਮਨਾਉਣ ਦੇ ਲਈ ਹੜਤਾਲਾਂ ਕਰਦੇ ਰਹੇ, ਸੰਘਰਸ਼ ਕਰਦੇ ਰਹੇ, ਅੱਜ ਉਹ ਵੀ ਮਤਾ ਉਪਾੜ ਕੇ ਉਹਨਾਂ ਨੇ ਗਾਰਬੇਜ ਦੇ ਵਿੱਚੋਂ ਸੁੱਟ ਦਿੱਤਾ ਹੈ, ਮੰਨ ਲਓ ਇਸ ਗੱਲ ਦੇ ਲਈ। ਪਰ ਉਹਨਾਂ ਦੀ ਤਮੰਨਾ ਆਜ਼ਾਦੀ ਸੀਗੀ। ਅਵਤਾਰ ਸਿੰਘ ਹੋਣੀ ਆਪਣੇ ਭਾਸ਼ਣ ਦੇ ਵਿੱਚ ਕਿਸੇ ਪ੍ਰੋਫੈਸਰ ਸਾਹਿਬ ਦਾ ਨਾਂ ਲੈ ਕੇ ਇਹ ਗੱਲ ਕਹਿ ਰਹੇ ਸੀਗੇ ਕਿ ਜਦੋਂ ਘੱਟ ਗਿਣਤੀ ਕੌਮਾਂ ਨੂੰ ਇਹ ਹੋ ਜਾਏ ਵੀ ਉਹਨਾਂ ਨੇ ਬਚਣਾ ਕਿਵੇਂ ਆ, ਉਹਦਾ ਨੁਕਤਾ ਦੱਸ ਰਹੇ ਸੀਗੇ ਕਿ ਜਦੋਂ ਘੱਟ ਗਿਣਤੀ ਕੌਮਾਂ ਜਜ਼ਬ ਹੋਣ ਲੱਗ ਜਾਣ ਵੱਡੀ ਗਿਣਤੀ ਦੇ ਵਿੱਚ ਤਾਂ ਬਚਣਾ ਕਿਵੇਂ ਆ। ਉਹਨਾਂ ਨੇ ਕਿਹਾ, ਕਿਸੇ ਪ੍ਰੋਫੈਸਰ ਦਾ ਨਾਮ ਲੈ ਕੇ ਗਿਆ, ਮੈਨੂੰ ਯਾਦ ਨਹੀਂ ਹੈ, ਮੈਂ ਲਿਖ ਨਹੀਂ ਸਕਿਆ, ਕਿ ਉਦੋਂ ਉਹਨਾਂ ਨੇ ਕਿਹਾ ਵੀ ਕੌਮੀ ਆਜ਼ਾਦੀ ਚਾਹੀਦੀ ਹੈ, ਉਦੋਂ ਕੌਮ ਨੂੰ ਉਸ ਕੌਮ ਨੂੰ ਜਿਹੜੀ ਜਜ਼ਬ ਹੋ ਰਹੀ ਹੈ ਉਹਨੂੰ ਇਹ ਸੋਚ ਲੈਣਾ ਚਾਹੀਦਾ ਕਿ ਮੇਰਾ ਬਚਾਅ ਆ ਜਿਹੜਾ ਉਹ ਕੌਮ ਦੀ ਆਜ਼ਾਦੀ ਦੇ ਨਾਲ ਹੈ। ਜਦ ਤੱਕ ਅਸੀਂ ਆਜ਼ਾਦ ਨਹੀਂ ਹੁੰਦੇ ਅਸੀਂ ਬਚ ਨਹੀਂ ਸਕਦੇ। ਇਹ ਗੱਲ ਸਾਨੂੰ ਅੱਜ ਸਾਡੀ ਸਥਿਤੀ ਬਣੀ ਹੋਈ ਹੈ ਸਿੱਖਾਂ ਦੀ, ਜਿਸ ਤਰੀਕੇ ਦੇ ਨਾਲ ਅੱਜ
ਹਿੰਦੁਸਤਾਨ ਦੇ ਵਿੱਚ ਜਿਹੜੀ ਉਹਨਾਂ ਦੀ ਆਪਣੀ ਪਰਿਭਾਸ਼ਾ ਆ, ਨੈਸ਼ਨਲਿਜ਼ਮ ਦੀ ਉਹਨਾਂ ਦੀ ਆਪਣੀ ਪਰਿਭਾਸ਼ਾ, ਦੇਸ਼ ਭਗਤੀ ਦੀ ਉਹਨਾਂ ਦੀ ਆਪਣੀ ਪਰਿਭਾਸ਼ਾ, ਉਹਨੂੰ ਉਹ ਚੇਂਜ ਕਰ ਰਹੇ ਆ, ਉਹਨੂੰ ਉਹ ਲਾਗੂ ਕਰਾਉਣ ਦੀ ਕੋਸ਼ਿਸ਼ ਕਰ ਰਹੇ ਆ ਔਰ ਦੱਸ ਰਹੇ ਆ। ਹੁਣ ਤਾਂ ਇੱਕੋ ਗੱਲ ਹੋ ਗਈ ਹੈ ਕਿ ਜਿਹੜਾ ਭਾਰਤ ਮਾਤਾ ਦੀ ਜੈ ਕਹਿੰਦਾ ਆ ਉਹ ਅਸਲੀ ਦੇਸ਼ ਭਗਤ ਆ ਹਿੰਦੁਸਤਾਨ ਦੇ ਵਿੱਚ, ਉਹ ਨੈਸ਼ਨਲਿਸਟ ਹੈ ਹਿੰਦੁਸਤਾਨ ਦਾ। ਇੰਨੀ ਪਰਿਭਾਸ਼ਾ ਉਹਨਾਂ ਨੇ ਚੇਂਜ ਕਰ ਦਿੱਤੀ ਹੈ ਕਿ ਭਾਰਤ ਮਾਤਾ ਦਾ ਉਹ ਨਕਸ਼ਾ ਵਿੱਚ ਮਾ ਉੱਤੇ ਬੈਠੀ ਸ਼ੇਰ ਦੇ ਮਾਤਾ ਜਿਹੜੀ ਉਹਨੂੰ ਲੈਂਦਾ ਧੱਕੇ ਦੇ ਨਾਲ, ਉਹ ਫੋਰਸਲੀ ਲਾਗੂ ਕਰ ਰਹੇ ਨੇ ਆਪਣੇ ਪ੍ਰਿੰਸੀਪਲ ਜਨ ਗਣ ਮਨ ਗਾਓ। ਜਦੋਂ ਪ੍ਰਾਈਮ ਮਿਨਿਸਟਰ ਬਣਿਆ ਮੋਦੀ, ਕਹਿਤਾ ਸਾਰੇ ਵਰਲਡ ਦੇ ਵਿੱਚ 21 ਤਰੀਕ ਨੂੰ ਯੋਗਾ ਮਨਾਇਆ ਜਾਏਗਾ। ਆ ਜਿੰਨੀਆਂ ਸਾਡੀਆਂ ਅੰਬੈਸੀਜ ਨੇ ਉਹਨਾਂ ਨੇ ਸਾਰਿਆਂ ਨੇ ਯੋਗਾ ਮਨਾਇਆ। ਕਿਸ ਤਰੀਕੇ ਦੇ ਨਾਲ ਉਹ ਜਿਹੜਾ ਆਪਣਾ ਆਪਣਾ ਹਿੰਦੂ ਏਜੰਡਾ ਆ ਉਹ ਕਿਸ ਤਰੀਕੇ ਦੇ ਨਾਲ ਲਾਗੂ ਕਰ ਰਹੇ ਆ, ਕਿਸ ਤਰੀਕੇ ਦੇ ਨਾਲ ਉਹ ਸਾਨੂੰ ਜਜ਼ਬ ਕਰ ਰਹੇ ਆ। ਬਿਲਕੁਲ ਸਹੀ ਗੱਲ ਆ, ਅਸੀਂ ਆਪਣਾ ਨਿਆਰਾਪਣ ਜੇ ਲਾਗੂ ਕਰਦੇ ਹਾਂ, ਸਾਡੇ ਨਿਆਰੇ ਅਸੂਲ ਹੈ ਜੋ ਅਸੀਂ ਉਹਨਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹਨਾਂ ਨੂੰ ਬਹੁਤ ਤਕਲੀਫ਼ ਹੁੰਦੀ ਆ। ਅਸੀਂ ਦੁਮਾਲੇ ਵਾਲੀ ਪੱਗ ਬੰਨੀਏ, ਅਸੀਂ ਕਛਹਿਰਾ ਪਾਈਏ, ਅਸੀਂ ਚੋਲਾ ਪਾਈਏ ਔਰ ਵੱਡੀ 3 ਫੁੱਟ ਕਿਰਪਾਨ ਰੱਖੀਏ ਔਰ ਜਿਹੜਾ ਨਿਰਾਲਾ ਸਾਡਾ ਬੇਸ ਹੈ ਉਹਨੂੰ ਲੈ ਕੇ ਚੱਲੀਏ ਅਤੇ ਹਿੰਦੁਸਤਾਨ ਦੇ ਲੋਕਾਂ ਨੂੰ, ਹਿੰਦੁਸਤਾਨ ਦੀ ਪੁਲਿਸ ਨੂੰ, ਹਿੰਦੁਸਤਾਨ ਦੀ ਲੀਡਰਸ਼ਿਪ ਨੂੰ ਇਹ ਲੱਗਦਾ ਕਿ ਇਹ ਅੱਤਵਾਦੀ ਹੈ, ਉਹਨਾਂ ਨੂੰ ਉਹ ਪਾਉਂਦਾ ਨਹੀਂ ਹੈਗਾ। ਹੁਣ ਇੱਦਾਂ ਦੀ ਸਥਿਤੀ ਦੇ ਵਿੱਚ ਅੱਜ ਕਪੂਰ ਸਿੰਘ ਹੁਣੀ ਜਿਹੜੇ ਆਜ਼ਾਦੀ, ਕੌਮ ਦੀ ਆਜ਼ਾਦੀ ਚਾਹੁੰਦੇ ਸੀ, ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਚੁੱਕਿਆ ਸੀ ਵੀ ਕੌਮ ਆਜ਼ਾਦ ਹੋਣ ਤੋਂ ਬਿਨਾਂ, ਕੌਮ ਆਪਣਾ ਸਨਮਾਨ, ਆਪਣੀ ਅਣਖ, ਆਪਣੀ ਗੈਰਤ, ਆਪਣਾ ਗੁਰੂਆਂ ਦੇ ਦਿੱਤਾ ਹੋਇਆ ਜੀਵਨ, ਉਸ ਆਸ਼ੇ ਦੇ ਨਾਲ ਜੀਵਨ ਅਸੀਂ ਨਹੀਂ ਗੁਜ਼ਾਰ ਸਕਦੇ ਜੇ ਅਸੀਂ ਅੱਜ ਆਪਣੀ ਕੌਮ ਨੂੰ ਇਸ ਹਿੰਦੂਆਂ ਦੇ ਪੰਜੇ ਤੋਂ ਆਜ਼ਾਦ ਨਹੀਂ ਕਰਾਉਂਦੇ ਹੈ। ਪਰ ਇੱਦਾਂ ਦੇ ਪ੍ਰੋਫੈਸਰ, ਇੱਦਾਂ ਦੇ ਵਿਦਵਾਨਾਂ ਨੂੰ ਇਹ ਕੋਈ ਦੇਣ ਦੇ ਲਈ ਉਹਨਾਂ ਨੂੰ ਉਸ ਸਮੇਂ ਦੇ ਹਾਲਾਤ ਵੀ ਦੇਖਣੇ ਪੈਂਦੇ ਆ ਕਿ ਇਸ ਸਮੇਂ ਇਹ ਨਾਰਾ ਦਿੱਤਾ ਜਾਵੇ ਅਤੇ ਕੌਮ ਦੇ ਅੱਗੇ ਫਿੱਟ ਹੈ। ਉਹਨਾਂ ਨੇ ਅਨੰਦਪੁਰ ਦਾ ਮਤਾ ਦੇ ਦਿੱਤਾ ਸਾਨੂੰ ਜਗਾਉਣ ਨੂੰ, ਸਾਡੀ ਇੱਛਾ ਨੂੰ ਜਗਾਉਣ ਦੇ ਲਈ, ਵੀ ਹੌਲੀ ਹੌਲੀ ਇਹ ਦਿਓ, ਇਸ ਤੋਂ ਤੋਰੋ। ਅਕਾਲੀਆਂ ਨੂੰ ਨਾ ਉਹਨਾਂ ਨੇ ਕਦੀ ਪਸੰਦ ਕੀਤਾ, ਉਹਨਾਂ ਨੂੰ ਪਤਾ ਸੀ ਵੀ ਅਕਾਲੀਆਂ ਦਾ ਹਰੇਕ ਏਜੰਡਾ ਵੋਟਾਂ ਦੇ ਨਾਲ, ਰਾਜ ਦੀ ਰਾਜ ਸੱਤਾ ਦੇ ਨਾਲ ਸੰਬੰਧਿਤ ਹੈ। ਜੇ ਉਹਨਾਂ ਨੇ ਅਨੰਦਪੁਰ ਦੇ ਮਤੇ ਦੀ ਮੰਗ ਕੀਤੀ ਹੈ ਤਾਂ ਵੀ ਉਹਨਾਂ ਨੇ ਪੰਜਾਬ ਦੇ ਵਿੱਚੋਂ ਵੋਟ ਪੋਲਰਾਈਜੇਸ਼ਨ ਕਰਨ ਦੇ ਲਈ ਮੰਗ ਕੀਤੀ ਹੈ। ਜੇ ਉਹਨਾਂ ਨੇ 25B ਦੀ ਅਮੈਂਡਮੈਂਟ ਦੀ ਕੀਤੀ ਹੈ ਤਾਂ ਉਹਨਾਂ ਨੇ, ਤਾਂ ਹੀ ਉਹ ਹਮੇਸ਼ਾ ਕਹਿੰਦੇ ਸੀਗੇ ਵੀ ਜੇ ਕੌਮ ਨੇ ਬਚਣਾ ਆ ਤਾਂ ਇਹ ਅਕਾਲੀਆਂ ਦਾ ਫਹਾ ਵੱਢੋ ਪਹਿਲਾਂ, ਜੇ ਕੌਮ ਨੇ ਬਚਣਾ ਆ ਤਾਂ ਅਕਾਲੀਆਂ ਦਾ ਫਹਾ ਵੱਢੋ। ਪਰ ਉਹ ਰਹੇ ਵੀ ਅਕਾਲੀਆਂ ਦੇ ਵਿੱਚ ਹੀ, ਔਰ ਉਹਨਾਂ ਨੇ ਅਕਾਲੀਆਂ ਦੇ ਵਿੱਚ ਰਹਿ ਕੇ ਆਪਣੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਵਿਧਾਨ ਸਭਾ 'ਚ, ਪਾਰਲੀਮੈਂਟ ਦੇ ਵਿੱਚ। ਉਹਨਾਂ ਨੇ ਆਪਣੀ ਜਿਹੜੀ ਉਹਨਾਂ ਦੀ ਇੱਕ ਵੀਜ਼ਨ ਸੀਗਾ, ਇੱਕ ਫਿਲੋਸਫਰ ਐਜ਼ ਏ ਫਿਲੋਸਫਰ ਵੀਜ਼ਨ ਸੀਗਾ, ਐਜ਼ ਏ ਇੱਕ ਪ੍ਰੋਫੈਸਰ, ਇੱਕ ਪੜ੍ਹੇ ਲਿਖੇ ਵਿਦਵਾਨ ਦੇ ਤੌਰ 'ਤੇ ਵੀਜ਼ਨ ਸੀਗਾ ਪੋਲੀਟੀਸ਼ੀਅਨ ਦਾ। ਉਹ ਉਹਨਾਂ ਨੇ ਇੱਕ ਵਿਦਨ ਅਨੰਦਪੁਰ ਦਾ ਮਤਾ ਵਿਦਨ ਸਟੇਟ ਦੱਸ ਕੇ ਵੀ ਸਾਨੂੰ ਆਜ਼ਾਦੀ ਚਾਹੀਦੀ ਹੈ ਉਹਨਾਂ ਨੇ ਉਦੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਪਰ ਜਿਨ੍ਹਾਂ ਨੂੰ ਦਿੱਤਾ ਉਹ ਤਾਂ ਉਹ ਵੀ ਨਹੀਂ ਸੀ ਚਾਹੁੰਦੇ, ਉਹ ਤਾਂ ਵੋਟਾਂ ਚਾਹੁੰਦੇ ਸੀਗੇ, ਤਾਂ ਹੀ ਉਹਨਾਂ ਨੇ 78 ਦੇ ਵਿੱਚ ਉਹਨੂੰ ਚੇਂਜ ਕਰ ਦਿੱਤਾ। 78 'ਚ ਜਿਹੜਾ ਚੇਂਜ ਕੀਤਾ ਉਹਦੇ 'ਚ ਸਾਰੀਆਂ ਮੱਦਾਂ ਹੀ ਚੇਂਜ ਸੀ, ਉਹ ਤਾਂ ਗੱਲ ਹੀ ਨਹੀਂ ਸੀਗੀ ਜਿਹੜੀ 1973 ਦੇ ਮਤੇ ਦੇ ਵਿੱਚ ਗੱਲ ਸੀਗੀ। ਸੋ ਮੈਂ ਆਪ ਜੀ ਨੂੰ ਇਹ ਬੇਨਤੀ ਕਰਦਾ ਵੀ ਜਿਸ ਪ੍ਰੋਫੈਸਰ ਦੀ ਯਾਦ ਦੇ ਵਿੱਚ, ਜਿਸ ਪ੍ਰੋਫੈਸਰ ਆਫ ਸਿੱਖਇਜ਼ਮ, ਸਾਡੇ ਵਿਦਵਾਨ ਜਿਨ੍ਹਾਂ ਦੀ ਯਾਦ ਦੇ ਵਿੱਚ ਅੱਜ ਆਪਾਂ ਇੱਥੇ ਇਕੱਤਰ ਹੋਏ ਹਾਂ, ਵਾਕਈ ਉਹ ਦੇਸ਼ ਦੀ ਆਜ਼ਾਦੀ ਦੇ ਲਈ ਸੀਗੇ, ਘੱਟ ਗਿਣਤੀਆਂ ਨੇ ਬਚਣਾ ਆ ਔਰ ਅਸੀਂ ਆਜ਼ਾਦ ਹੋਣਾ ਆ, ਅਸੀਂ ਆਪਣਾ ਵਿਚਾਰ ਰੱਖਦੇ ਹਾਂ, ਪ੍ਰਭੂ ਸੱਤਾ ਸਪਨ ਪੂਰਨ ਆਜ਼ਾਦੀ ਵਾਲਾ ਰਾਜ ਅੱਜ ਸਾਡੀ ਡਿਮਾਂਡ ਹੈ। ਇਹ ਤੋਂ ਬਿਨਾਂ ਸਾਡਾ ਕੋਈ ਹੱਲ ਨਹੀਂ ਹੋ ਸਕਦਾ। ਜਿਸ ਤਰੀਕੇ ਦੇ ਨਾਲ ਹਿੰਦੂ ਹਿੰਦੁਸਤਾਨ ਦੇ ਵਿੱਚ ਰਹਿ ਕੇ ਰੋਜ਼ ਸਾਡੇ ਲਈ ਪ੍ਰੋਬਲਮਾਂ ਕ੍ਰੀਏਟ ਕਰ ਰਹੇ ਨੇ, ਅਸੀਂ ਉੱਥੇ ਰਹਿ ਰਹੇ ਹਾਂ, ਅਸੀਂ ਰੋਜ਼ ਦੇਖਦੇ ਹਾਂ ਕਿ ਰੋਜ਼ ਹੀ ਨਵਾਂ ਇੱਕ ਫਰਮਾਨ ਹੈ ਜਿਹੜਾ ਹਿੰਦੂ ਹਿੰਦੁਸਤਾਨ ਦੇ ਲੀਡਰਾਂ ਵੱਲੋਂ, ਉੱਥੋਂ ਦੀਆਂ RSS ਵੱਲੋਂ, ਹਿੰਦੂ ਪ੍ਰੀਸ਼ਦ ਵੱਲੋਂ, 2021 ਨੂੰ ਅਸੀਂ ਹਰ ਹਾਲਤ ਦੇ ਵਿੱਚ ਹਿੰਦੁਸਤਾਨ ਨੂੰ ਹਿੰਦੂ ਰਾਸ਼ਟਰਵਾਦ ਡਿਕਲੇਅਰ ਕਰ ਦਿਆਂਗੇ। ਜਿਹੜੇ ਇੱਦਾਂ ਦੇ ਐਲਾਨ ਨੇ ਉਹ ਸਾਡੇ ਛਾਤੀਆਂ ਦੇ ਉੱਤੇ ਨੇ, ਅਸੀਂ ਉਹਨਾਂ ਨੂੰ ਸਹਿ ਰਹੇ ਹਾਂ ਰੋਜ਼। ਔਰ ਅਸੀਂ ਇੱਕੋ ਹੀ ਆਪ ਜੀ ਨੂੰ ਉੱਥੇ ਵੀ, ਇੰਡੀਆ 'ਚ ਵੀ, ਇੱਥੇ ਵੀ, ਆਪ ਨੂੰ ਪ੍ਰੋਫੈਸਰ ਕਪੂਰ ਸਿੰਘ ਉਹਨਾਂ ਦੇ ਇਸ ਯਾਦ ਦੇ ਦਿਨ ਦੇ ਉੱਤੇ ਇੱਕੋ ਹੀ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਆਪਾਂ ਆਪਣੀ ਕੌਮ ਦੀ ਆਜ਼ਾਦੀ ਦੇ ਲਈ
ਜੂਝੀਏ ਔਰ ਕੌਮ ਦੀ ਆਜ਼ਾਦੀ ਦੇ ਲਈ ਆਪਣਾ ਹਰ ਸਵਾਸ ਹੈ ਜਿਹੜਾ ਦੇਈਏ, ਇਹੀ ਇੱਕ ਸੱਚੀ ਸ਼ਰਧਾਂਜਲੀ ਹੋਵੇਗੀ ਪ੍ਰੋਫੈਸਰ ਸਿੱਖਇਜ਼ਮ ਸਰਦਾਰ ਕਪੂਰ ਸਿੰਘ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ।